ਸਲਵਾਤ ਸਾਰੇ ਬੋਲੋ। ਕਾਫੀ ਮੁਮਿਨ ਜਮਾ ਉਹ ਸਲਵਾਤ ਦਾ ਪੜ੍ਹਨਾ ਅਜ਼ੀਮ ਇਬਾਦਤ ਹੈ ਸਾਰੇ ਮੁਮਿਨ ਜਮਾ। ਨਾਰੇ ਤਕਬੀਰ ਚਵਾਨ, ਨਾਰੇ ਤਕਬੀਰ, ਨਾਰੇ ਰਿਸਾਲਤ, ਨਾਰੇ ਰਿਸਾਲਤ, ਨਾਰੇ ਹੈਦਰੀ। ਇੰਨੇ ਹੀ ਸਾਰੇ ਮਵਾਲੀ ਸਜਾਹਤ ਬੁਲੰਦ ਕਰਕੇ ਨਾਰੇ ਹੈਦਰੀ ਸਲਵਾਤ ਸਾਰੇ ਮੂਮਿਨ ਬਾ ਜਮਾਤ ਉਚਵਾਨ ਨਾਲ। ਸਭ ਤੋਂ ਪਹਿਲੇ ਦੁਆ ਹੈ ਸੈਯਦ ਹੋਣ ਦੀ ਅਸੀਅਤ ਵਿੱਚ, ਜਿਤਨੇ ਮੂਮਿਨ ਮਜਲੇ ਸੇ ਹੁਸੈਨ ਟੁਰਿਆ ਉਹ ਮਾਲਿਕ ਤੁਰ ਟੁਰਿਆ ਕਬੂਲ ਫਰਮਾ। ਬਾਨੀਆਂ ਦਾ ਸਫ਼ ਮਾਤਮ ਛਾਇਆ ਮਾਲਿਕ ਆਪਣੀ ਬਾਰਗਾਹ 'ਚ ਕਬੂਲ ਫਰਮਾ। ਜਿਤਨੇ ਮੂਮਿਨ ਬੇ ਔਲਾਦਿਨ ਸਦਕਾ ਮੇਰੀ ਸਹਿਣ ਦੀ ਜੁੜੀ ਝੋਲੀ ਦਾ ਮਾਲਿਕ ਯਾ ਤੇਲੇ ਪੁੱਤਰ ਦਾ। ਜਿਤਨੇ ਮੂਮਿਨ ਬੇ ਰਿਜ਼ਕਿਨ ਮਾਲਿਕ ਹੱਕ ਹਲਾਲ ਦਾ ਰਿਜ਼ਕ ਅਤਾ। ਜਿਤਨੇ ਮੂਮਿਨ ਭੇਣ ਅਤੇ ਵਿਰਾਹ ਦੀ ਨਗਰੀ ਵਾਸਤੇ ਸਿੱਖਦੇ ਹਨ ਮਾਲਿਕ ਜਲਦ ਭੇਣ ਅਤੇ ਵਿਰਾਹ ਦੀ ਨਗਰੀ। ਮੇਰੀ ਹਰ ਚਿਹਰੇ ਤੇ ਨਿਗਾਹ ਏ ਕੁਝ ਮੂਮਿਨ ਆਮੀਨ ਸ਼ਾਮਿਲ ਨਹੀਂ ਪਏ ਹੁੰਦੇ। ਇੱਕ ਬੰਦੇ ਮੌਲਾ ਲਈ ਤੇ ਸਵਾਲ ਕੀਤਾ, ਮੌਲਾ ਮੈਂ ਦੁਆ ਮੰਗਣਾ ਮੇਰੀ ਕਬੂਲ ਨਹੀਂ ਹੁੰਦੀ, ਮੈਂ ਦੁਆ ਮੰਗਣਾ ਮੇਰੀ ਕਬੂਲ ਨਹੀਂ ਹੁੰਦੀ। ਮੌਲਾ ਫਰਮਾਇਆ ਮੰਗਦਾ ਕਹਿੰਦੇ ਵਾਸਤੇ ਆਦੇ, ਮੌਲਾ ਮੰਗਦਾ ਤਾਂ ਮੈਂ ਆਪਣੇ ਵਾਸਤੇ ਹਾਂ। ਮੌਲਾ ਫਰਮਾਇਆ ਅੱਜ ਦੇ ਬਾਅਦ ਤੂੰ ਦੂਜੇ ਮੂਮਿਨ ਵਾਸਤੇ ਮੰਗੀ ਕਰ, ਅੱਲਾਹ ਤੇਰੀ ਕਬੂਲ ਕਰੇ। ਜਿਤਨੇ ਮੂਮਿਨ ਭੇਣ ਦੇ ਵਿਰਾਹ ਦੀ ਨਗਰੀ ਵਾਸਤੇ ਸਿੱਖਦੇ ਹਨ ਮਾਲਿਕ ਜਲ ਭੇਣ ਦੇ ਵਿਰਾਹ ਦੀ ਨਗਰੀ। ਆਖਰ ਦੁਆ ਮੋਹੰਡੀ ਦੁਆ, ਇਤਨੇ ਮਜਮੇ ਚ ਮੈਂ ਨਹੀਂ ਜਾਣਦਾ, 14 ਜਾਣਦੇ ਨੇ ਮੁਕੰਮਲ ਦੁਆ। ਤੁਸ ਆਪਣੀ ਮਰਜ਼ੀ ਨਾਲ ਆਮੀਨ ਆਖੀ, ਅਗਰ ਇਹ ਦੁਆ ਤੇ ਕਹਿ ਮੂਮਿਨ ਜਾਣ ਕੇ ਆਮੀਨ ਆਖੀ ਮੇਰਾ ਦਿਲ ਦੁੱਖ ਸਹੀ। ਅੱਲਾ ਇਤਨੇ ਤੱਕ ਕਹਿ ਮੂਮਿਨ ਕੋ ਮੌਤ ਨਾ ਦੇਵੇ ਜਿਤਨੇ ਤੱਕ 14 ਰਾਜ਼ੀ ਨਾ ਹੋ। ਇੱਕ ਸਲਵਾਤ ਪੜ੍ਹੋ ਤੇ ਉਵੇਂ ਪੜ੍ਹੋ ਜਿਵੇਂ ਸਾਡੀ ਧਰਤੀ ਤੇ ਆਤਾ ਹੈ। ਹਾਜ਼ਰ ਜ਼ਰੂਰੀ ਆਈ ਬਹੁਤ ਹੀ ਇਮਾਮ ਹੁਸੈਨ ਦੇ ਇੱਜ਼ਤ ਵਾਲੇ ਜ਼ਾਕਿਰ ਮੇਰੇ ਬਾਅਦ ਮਿੰਬਰ ਤੇ ਤਸ਼ਰੀਫ ਰੱਖਦੇ ਨੇ। ਬਹੁਤ ਸੋਹਣਾ ਪੁੱਤਰਾ ਹੁਸੈਨ ਅਲੀ ਅਕਬਰ, ਨਵਾਂ ਬੰਦਾ ਨਹੀਂ, ਮੈਂ ਤੁਹਾਡੇ ਮਿਜ਼ਾਜ ਤੋਂ ਵਾਕਿਫ ਹਾਂ, ਅੱਗੇ ਵੀ ਤੁਹਾਜਾ ਦੁਆਵਾਂ ਦਾ ਅਸਰ ਹੈ। ਮੈਂ ਕਿ ਬਹੁਤ ਸੋਹਣਾ ਪੁੱਤਰਾ ਹੁਸੈਨ ਅਲੀ ਅਕਬਰ, ਕੁਝ ਬੰਦੇ ਰੋ ਪੈਣ ਕੁਝ ਨਹੀਂ ਰੁਨੇ। ਅੱਛਾ ਅੱਛਾ, ਬਿਸਮਿਲ੍ਲਾ, ਜ਼ਿੰਦਗੀ ਕਰੇ। ਬਹੁਤ ਸੋਹਣਾ ਪੁੱਤਰਾ ਹੁਸੈਨ ਅਲੀ ਅਕਬਰ, ਕੁਝ ਬੰਦੇ ਰੋ ਪੈਣ ਕੁਝ ਨਹੀਂ ਰੁਨੇ, ਕਿਨਾ ਹਾਏ ਕੀਤੀ ਕਿਨਾ ਹਾਏ ਨਹੀਂ ਕੀਤੀ, ਆਏ ਸਾਰੇ ਰੋਵਣ। ਉਹ ਬਾਬਾ ਜੀ ਕਹਿ ਕੇ ਜੁੰਮੇ ਹੁਸੈਨ ਦਾ ਅਕਬਰ ਬਾਜ਼ਾਰ ਮਦੀਨੇ ਚ ਗੁਜ਼ਰਿਆ, ਇਹਨੂੰ ਗਾਹਕ ਦੁਕਾਨਦਾਰ ਦੇ ਹੱਥ ਪੈਸੇ ਰੱਖ ਕੇ ਆਖਿਆ ਫੁਲਾਂ ਚੀਜ਼ ਦੇ, ਇਹਨੂੰ ਹੁਸੈਨ ਦਾ ਅਕਬਰ ਗੁਜ਼ਰਿਆ। ਦੁਕਾਨਦਾਰ ਪੈਸੇ ਵਾਪਸ ਕਰਕੇ ਆਖਿਆ ਬਾਜ਼ਾਰ ਖੁੱਲੇ ਹੀ ਬਈ ਜਾ ਤੂੰ ਕਿੰਨੇ ਚਾਹ, ਮੇਰੇ ਕੋ ਦੇਖਣ ਡੇ ਇਹ ਕੋ ਨਿਤ ਗੁਜ਼ਰਦੇ। ਵਾਹ 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 ਵਾਹ, ਬਲਾ ਹੁਣ ਯਾਰ ਅਲੇ ਇਹਦੀ ਦੇ ਰਾਜ਼ੀ ਹੋ ਮਿਹਰਬਾਨ। ਚਾਚਾ ਸਹੀ ਹੁਸੈਨ ਬਾਦਸ਼ਾਹ ਕਹਿ ਕੁਆ ਦਿਨ, ਹੁਸੈਨ ਬਾਦਸ਼ਾਹ ਕੁਆ ਦਿਨ ਜੈ ਮੁਕੰਮਲ ਜ਼ਿੰਦਗੀ ਚ ਕਹਿ ਕੋ ਕੁਝ ਨਾ ਖਾਓ, ਆਪਣੇ ਉਂਗਲੀ ਤੇ ਗਿਣੋ। ਪਾਕ ਮੈਂਬਰ ਗਵਾਹ, ਮੇਰਾ ਕੋਈ ਇਰਾਦਾ ਨਹੀਂ, ਮੇਰੇ ਮੂੰਹ ਚੋਂ ਲਫ਼ਜ਼ ਨਿਕਲ ਗਏ, ਆਪਣੇ ਉਂਗਲੀ ਤੇ ਗਿਣੋ ਬਕਾਇਆ 5-6 ਲਫ਼ਜ਼। ਇੱਕ ਵਹਿਣ ਤੇ ਇੱਜ਼ਤ ਅਲੇ ਵੀਰਾਂ ਨੂੰ ਮੈਂਬਰ ਦੇ। ਹੁਸੈਨ ਬਾਦਸ਼ਾਹ ਕਹਿ ਕੁਆ ਦਿਨ, ਹੁਸੈਨ ਬਾਦਸ਼ਾਹ ਕੁਆ ਦਿਨ ਜੈ ਮੁਕੰਮਲ ਜ਼ਿੰਦਗੀ ਚ ਕਹਿ ਕੋ ਕੁਝ ਨਾ ਖਾਓ।
एक वजन समय नहीं आई तिहाई नहीं कर संगा बाबा जी हुसैन कह कुआ दे अगर कोई पत्थर मारे हा ना जब तीर मारे हा उन तीर बेकार थे वन दे मुंह देख के आके हसरत ही तवत मार हुसैन हाजिर वाह वाह इंदा ना मजले से हुसैन जवानी होगी बहनन नसीब अगर कहे के इत खैमे नहीं लावने तो उत खैमे लावने भाई जान तू खैमे पट गिरने तो चुप ही कर बैठना अगर कहे के ए राह नहीं गिरना तो राह गिरने और राह छोड़ देवना तो चुप ही कर बैठना बाबा जी मुकम्मल जिंदगी छे कह को बद दुआ न करण आला कह ले कीती हिस ਇੱਕ ਕਬਰ ਹੈ ਹੁਸੈਨ ਤੇ ਮੇਰੇ ਹੱਥ ਹਨ ਇਹ ਅੱਬਾਸ ਦੇ ਅਲਮਿਨ ਜ਼ਾਤ ਦਾ ਸੈਦਾਂ ਪੰਜ ਦਫਾ ਦਾ ਭੈਣ ਤੇ ਵਿਰਾ ਦਾ ਜ਼ਵਾਰਾਂ ਝੂਠ ਬੋਲਾਂ 14 ਸਜ਼ਾ ਦੇਵਨ ਇਹਦੀ ਵੱਡੀ ਕਸਮ ਚਾ ਕੇ ਅਦਾ ਪੀਆਂ ਮੁਕੰਮਲ ਜ਼ਿੰਦਗੀ ਕਹਿ ਕੋ ਬਾਦ ਦੁਆ ਨਾ ਕਰਨ ਵਾਲਾ ਜਦਾਂ ਜਵਾਨ ਪੁੱਤਰ ਦੀ ਲਾਸ਼ ਤੇ ਨਾ ਇਵੇਂ ਸਰ ਜ਼ਾਨੂ ਤੇ ਰੱਖ ਕੇ ਅਦਾ ਬੈਠੇ ਉਮਰ ਇਬਨ ਸਾਦ ਤੇ ਇਵੇਂ ਮਰੇ ਜੇ ਮੇਰੇ ਸੋਹਣੇ ਬਚੜੇ ਕੁਮਾਰ ਆਈ ਤੇਦਾ ਇਵੇਂ ਮਰੇ ਜੇ ਮੇਰੇ ਦਾੜੇ ਦਾ ਸ਼ਾਬਾਸ਼ जवान पुत्र दी लाश ते सर चाके दानू ते रखे अखी ते बोसा दिते घंटे वाला मजमून है जड़ा तक मैं बकाया मिनट सुनाना चाहना जिगर त्याता हुसैन दे चंदा हाथ बुढ़ा पी बोसा दे के लाल हचा बाबा जी आखी बाबा बाबा एक मुसीबत दा समान ते बुढ़े पियो तो लुकई पिया सैयदा दे मैं इमाम पुत्र हच है पियो जुलम बरा समान लिटे सैयदा दे जे तै कुमारे होंदी अपनी औलाद कोई नहीं आज रब जाने बाबा हस को ना तेरा सबर दे सैयदा मेरा वतन है घर है पांच दफा दा भेण ते विरा दा जवारा हर बती कोशिश करे ना भाई तकी अब्बास दी मालिक जिंदगी करे उन हुक्म लेते जो बाप दे लेजे जे एक वैन इतना एक वैन पहले वैन ते रोवण ना आवे इतनी हाय करे तेरी हाय दी आवाज करी वाले मुंह च होले होले आदे लाल जुलदे आदे हाँ बाबा जुलदा ते जुलन तू पहले कुछ मंगना सैयद आदे मंग रो नहीं आदे मैं मंगा ते मदन राउस दी है पियो मिट्टी दे बह क्या दे करे सुना होवी जो मरदे हेले जवान पुत्रां दे बुढ़े पियो नाराज दे होवे आदे तुल्ला दे दमे माले जेड़ी चीज मंगे मेरे हो ਜਿਹੜੇ ਮੂਮਿਨ ਦੀ ਮਿਹਨਤ ਕੀਂਦੇ ਤੇ ਜਨ ਦਾ ਕੋਈ ਨਹੀਂ ਕਰ ਸਕਦਾ ਬਾਬੇ ਹੁਣੀ ਪੜਦੇ ਰਹਿੰਦੇ ਨਹੀਂ ਕੱਜ ਕਰਦੇ ਵੀ ਅੱਪਿਓ ਦੇ ਕਦਮਾਂ ਤੇ ਹੱਥ ਰੱਖੇ ਸਭ ਹੱਥ ਬਲ ਗਿਆ ਤੇ ਬਾਬਾ ਡਰਾ ਲੱਤੀ ਵੇ ਦਮੇ ਕੋ ਨਿਕਲੀ ਭੇਣ ਮਿਲਾ ਅਦੇ ਮੇਰੇ ਜਿਗਰ ਜਦਰ ਦੇ आखरी वैन
ਵੇਖਣ ਨਾਲ ਅੱਖਾਂ ਬੰਦ ਕੀਤੇ ਨੇ। ਵਤਨ ਵਾਲਿਓ ਦੁਆ ਮੰਗੀ ਕਰੋ, ਸ਼ਲ ਅਕਲੀਆਂ ਕਹਿ ਕੋ ਨੱਚਾਉਣਾ ਪੋਵੇ, ਜੇ ਚਾਵਣਾ ਪੋਵੇ ਤਾਂ ਪਿਓ ਪੁੱਤਰ ਦੀ ਲਾਸ਼ ਕਦੇ ਇਕੱਲੇ ਨਚਾਵੇ। ਬੁੱਢੜਾ ਪਿਓ ਹੈ, ਜਵਾਨ ਪੁੱਤਰ ਹੈ, ਬਾਬੇ ਹੁਣੀ ਪੜਦੇ ਰਹਿੰਦੇ ਨੀ ਵੇ ਸੱਜੇ ਮੁੰਡੇ ਤੇ ਸਾਰੇ ਹੁਸੈਨ ਕਦਮ ਚਾਵਿਆ ਹਰ ਕਦਮ ਤੇ ਬਾਬਾ ਤੂੰ ਲੋ ਮੈਨੂੰ